ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਸ਼ਹਿਰ ਤਲਵੰਡੀ ਪਾਈ ਫਿਰੋਜ਼ਪੁਰ ਜ਼ਿਲ੍ਹੇ ਦਾ ਇਹ ਸ਼ਹਿਰ ਆ ਦੋਸਤੋ ਤੇ ਇਹ ਪੈਂਦਾ ਜਦੋਂ ਫਰੀਦਕੋਟ ਤੋਂ ਸ੍ਰੀ ਅੰਮ੍ਰਿਤਸਰ ਨੂੰ ਜਾਂਦੇ ਆ ਉਸ ਸੜਕ ਦੇ ਉੱਤੇ ਸੋ ਤਲਵੰਡੀ ਪਾਈ ਚੋਂ ਵੀਡੀਓ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲੋਂ ਵੀਡੀਓ ਪਹਿਲਾਂ ਵੀ ਕਾਫੀ ਬਣੀ ਹੈ ਅੱਜ ਤੁਹਾਨੂੰ ਇੱਕ ਤੋਕੜ ਗੱਭਣ ਨੀਲੀ ਰਾਵੀ ਝੋਟੀ ਦਿਖਾਉਣੀ ਆ ਦੋਸਤੋ ਤੁਹਾਡਾ ਸ਼ੌਂਕ ਪੂਰਾ ਕਰੂਗੀ ਨੀਲੀ ਰਾਵੀ ਨਸਲ ਦਾ ਬਹੁਤ ਸੋਹਣੀ ਇਹਦੀ ਬਿਊਟੀ ਹੈ ਤੇਰਾ ਟਾਂਟਾ ਤੁਸੀਂ ਦੇਖ ਸਕਦੇ ਹੋ ਸੋ ਇਹ ਟੋਕੜ ਗੱਭਣਾ ਤੇ ਇਹ ਤੋਂ ਬਿਨਾ ਇੱਕ ਮੱਝ ਹੋਰ ਨਾਲ ਖੜੀ ਹੈ ਜਿਹੜੀ ਸੋਈ ਨੂੰ ਥੋੜਾ ਟਾਈਮ ਹੋਇਆ ਕਿੰਨੇ ਦਿਨ ਹੋ ਗਏ ਜਾਂ ਕਿੰਨੇ ਦੁੱਧ ਤੇ ਚਲਦੀ ਉਹ ਬਾਈ ਆਪਾਂ ਨੂੰ ਦੱਸੂਗਾ ਤੁਸੀਂ ਵੀਡੀਓ ਨੂੰ ਲਾਸਟ ਤੱਕ ਦੇਖਿਓ ਬੇਨਤੀ ਹੈ ਵੀ ਜਿਹੜਾ ਨਾ ਤੁਹਾਨੂੰ ਇਹਨਾਂ ਚੋਂ ਚੰਗਾ ਲੱਗਿਆ ਉਹਦੀ ਤਸੱਲੀ ਤੁਸੀਂ ਕਰਨੀ ਹੈ ਖਾਸ ਕਰਕੇ ਟੋਕੜ ਗੱਭਣ ਪਸ਼ੂ ਨੂੰ ਇੱਥੇ ਤੁਸੀਂ ਚੋਕੇ ਦੇਖ ਸਕਦੇ ਹੋ ਤੇ ਬਾਕੀ ਡਿਟੇਲ ਸਾਰੀ ਆਪਾਂ ਵੀਰ ਤੋਂ ਲੈ ਲੈਨੇ ਆ ਦੋਸਤੋ ਆਓ ਸ਼ੁਰੂਆਤ ਕਰੀਏ ਇਸੇ ਮੱਝ ਬਾਰੇ ਪਹਿਲਾਂ ਜਾਣਕਾਰੀ ਉਦੋਂ ਬਾਅਦ ਚ ਦੂਜੀ ਮੱਝ ਦਿਖਾਵਾਂਗੇ ਗਲਦੀਪ ਭਾਈ ਸਤਿ ਸ਼ਕਾ ਸਤਿ ਸ਼ਕਾਲ ਜੀ ਗਲਦੀਪ ਅੱਜ ਆਪਣੇ ਕੋਲ ਦੋ ਮੱਝਾਂ ਬਾਈ ਹਾਂਜੀ ਕਿੰਨ ਮਸੂ ਆਏ ਛੋਟੀ ਸੂਈ ਦੀ ਇਹ ਬਈ ਦੂਜੇ ਸੂਏ ਨੂੰ ਸੋਣੀ ਆ ਬਾਈ 2 ਮਹੀਨੇ ਦੀ ਇੱਕ ਮਹੀਨਾ ਤੇ 26 ਦਿਨਾਂ ਦੀ ਗੱਬਣਾ ਠੀਕ ਹੈ ਤੇ ਇਹਦੀ ਆਪਾਂ ਗਾਰੰਟੀ ਦੇਵਾਂਗੇ ਫੁੱਲ ਠੀਕ ਹੈ ਜੇ ਮਾਲਾ ਕੋਈ ਮਹੀਨੇ ਬਾਅਦ ਆਪਦੇ ਘਰੇ ਜਾ ਕੇ ਚੈੱਕ ਕਰਾ ਲੈਂਦਾ ਹੈ ਖਾਲੀ ਨਿਕਲ ਜਾਂਦੀ ਆ ਜਿੰਨਾ ਉਹਨੇ ਪੈਸੇ ਲੱਗੇ ਆ ਮਹੀਨਾ ਦਾ ਖਰਚਾ ਹੋਇਆ ਉਹ ਵੀ ਨਾਲ ਦੇਣਾ ਤੇ ਮੈਂ ਠੀਕ ਹੈ ਅੱਛਾ ਇਸ ਟਾਈਮ ਉਹ ਚੈੱਕ ਨਹੀਂ ਕਰਾਈ ਆਪਾਂ ਚੈੱਕ ਨਹੀਂ ਕਰਾਈ ਬਾਈ 26 ਦਾ ਹੋਇਆ ਨਾ ਇੱਕ ਮਹੀਨਾ 26 ਦਾ ਚੈੱਕ ਹੁੰਦੀ ਨਹੀਂ ਠੀਕ ਆ ਭਰਾ ਇਹ ਜਾਂ ਕ੍ਰਾਸ ਕਰਾਈ ਡਾਇਰੈਕਟ ਕ੍ਰਾਸ ਹੋਈ ਆ ਬਾਈ ਮਾਲਕਾਂ ਨੇ ਵੀ ਆਪਾਂ ਨੂੰ ਤਸੱਲੀ ਦਿੱਤੀ ਹੈ ਬਲ ਤਸੱਲੀ ਦੀ ਕਹਿੰਦੇ ਨਾ ਹੋਏ ਬਾਈ ਸਾਨੂੰ ਜਦੋਂ ਮਰਜ਼ੀ ਵਾਸ ਮੋੜ ਜੋ ਠੀਕ ਹੈ ਅੱਛਾ ਹੁਣ ਦੁੱਧ ਕਿੰਨਾ ਦਿੰਦੀ ਹੈ ਇਥੇਲੇ ਹੈਗਾ 6 ਕਿਲੋ ਦੋਵਾਂ ਟਾਈਮਾਂ ਦਾ ਦੋਵਾਂ ਟਾਈਮਾਂ ਦਾ ਦੋਨੇ ਟਾਈਮ ਮਿਲਦੀ ਦੋਵੇਂ ਟਾਈਮ ਮਿਲਦੀ ਮੈਂ ਥਾਪੀ ਤੇ ਜੋ ਕੇ ਲੈਣ ਨੂੰ ਅੱਜ ਉਹਨਾਂ ਨੂੰ ਠੀਕ ਹੈ ਅੱਛਾ ਬਾਈ ਕੀ ਡਿਮਾਂਡ ਰਹਿਣੀ ਕੱਲ ਦੀ ਇਹਦੇ 70000 ਮੰਗਦੇ ਦੋਨੇ ਟਾਈਮ ਮਿਲਦੀ ਆ 6 ਕਿਲੋ ਦੁੱਧ ਆ ਬਾਈ ਕਹਿੰਦਾ ਵੀ ਥਾਪੀ ਤੇ ਝੋਕੇ ਲਿਆਇਆ ਹੈ ਇੱਕ ਗੱਲ ਹੋਰ ਨਾਲ ਐਡ ਕਰ ਦਿਆਂ ਜਿਹੜੀ ਬਾਈ ਨੇ ਕੀਤੀ ਆ ਵੀ ਜੇ ਇਹ ਵੀਰ ਕੋਈ ਵੀ ਖਰੀਦਦਾ ਇੱਕ ਮਹੀਨੇ ਨੂੰ ਅੱਜ ਤੁਸੀਂ ਵੀਡੀਓ ਦੇਖੋਗੇ 17 ਤਰੀਕ ਨੂੰ ਵੀਡੀਓ 18 ਤੱਕ ਤੁਹਾਡੇ ਕੋਲ ਵੀਡੀਓ ਪਹੁੰਚਣੀ ਆ ਤੇ ਅਗਲੇ ਮਹੀਨੇ ਦੀ 18 ਤੱਕ ਤੁਸੀਂ ਚੈੱਕ ਕਰਾ ਲੈਣੀ ਆ ਜੇ ਖਾਲੀ ਨਿਕਲ ਆਉਂਦੀ ਆ ਤਾਂ ਬਾਈ ਕਹਿੰਦਾ ਵੀ ਜਿਹੜੀ ਮਹੀਨੇ ਦੀ ਸਾਮ ਸੰਭਾਲੋ ਵੀ ਮੇਰੀ ਤੇ ਜਿਹੜਾ ਤੁਹਾਡਾ ਜਿਹੜੇ ਤੁਹਾਡੇ ਪੈਸੇ ਆ ਉਹ ਵੀ ਤੁਸੀਂ ਆਪ ਦੇ ਰਿਟਰਨ ਲੈ ਸਕਦੇ ਹੋ ਜੇ 1 ਮਹੀਨੇ ਨੂੰ ਇਹ ਖਾਲੀ ਨਿਕਲਦੀ ਹੈ ਚੈੱਕ ਇਹ ਹੁਣ ਹਜੇ ਹੋਣੀ ਨਹੀਂ ਕਿਉਂਕਿ 1 ਮਹੀਨਾ ਤੇ ਸਿਰਫ 26 ਦਿਨ ਹੋਏ ਆ ਭਾਈ ਕੱਲ ਦੀ ਪਿਕ ਜਿਹੜਾ ਹੋਰ ਕਰਾਂ ਵਾ ਮੈਂ ਇੱਥੇ ਖੜਾ ਰਹਿਣਾ ਗਾਂ ਡਰਦੀ ਹੈ ਤੇਰੀ ਸੋ ਢਾਂਚਾ ਦੇਖ ਲਓ ਦੋਸਤੋ ਟੇਡਾ ਕੱਟ ਬਹੁਤ ਸੋਹਣੀ ਗੁਲਾਬੀ ਬਿਲਕੁਲ ਅੱਖ ਹੈ ਮੈਂ ਜਦੋਂ ਨੇੜੇ ਆ ਗਈ ਤੁਹਾਨੂੰ ਮੱਝ ਦਿਖਾਉਂਗਾ ਜਿਹੜਾ ਵੀ ਰਸਾਂਹ ਵਾਲਾ ਖਰੀਦੂਗਾ ਤਾਂ ਦੁੱਧ ਵਧਾ ਲੂਗਾ ਮੈਂ ਇਹ ਗੱਲ ਇਸ ਕਰਕੇ ਐਡ ਕਰਤੀ ਵੀ ਇਹਨੂੰ ਉਨਾਂ ਸਾਂਭਿਆ ਹੋਇਆ ਨਹੀਂ ਸੀਗਾ ਪਿਛਲੇ ਵੀਰ ਨੇ ਕਈ ਵਾਰ ਕੋਈ ਦਿੱਕਤਾਂ ਹੁੰਦੀਆਂ ਘਰਾਂ ਦੇ ਵਿੱਚ ਜਾਂ ਕਈ ਵਾਰ ਸ਼ੌਂਕ ਘਟ ਜਾਂਦਾ ਪਸ਼ੂਆਂ ਦਾ ਬੰਦੇ ਦੇ ਵਿੱਚ ਨਹੀਂ 120000 ਰੁਪਏ ਬਾਈ ਵਾਪਸ ਹੋਈ ਲੈ ਲਾਂਗੇ ਜਦੋਂ ਸੂਣ ਆਲੀ ਹੋਈ ਮੌਕੇ ਤੇ ਪੁੱਜੀ ਵੀ 120 ਵਾਪਸ ਲੈ ਲਾਂਗੇ ਵਾਪਸ ਲੈ ਲਾਂ ਬੰਦ ਹੀ ਬਾਈ ਸੋ ਇੱਕ ਚੀਜ਼ ਤੁਸੀਂ ਦੋਸੋ ਥੋੜਾ ਦੇਖਿਓ ਜੇ ਵੀ ਇਹ ਇਹਦੀ ਥੋੜੀ ਜੀ ਬੇਗੋਰੀ ਰਹੀ ਵੀ ਇਹਦੇ ਜੂਆਂ ਵਗੈਰਾ ਜਿਵੇਂ ਬਣ ਜਾਂਦੀਆਂ ਦੋਸੋ ਪਸ਼ੂ ਦੇ ਉਹ ਇਹਨੂੰ ਪਰੇਸ਼ਾਨ ਬਹੁਤ ਕਰਦੀਆਂ ਪਸ਼ੂ ਨੂੰ ਸੋ ਉਵੇਂ ਥੋੜੀ ਇਹਨੂੰ ਦਿੱਕਤ ਆਈ ਸੀ ਕਿ ਜਿਹਦੇ ਕਰਕੇ ਜਿਹੜਾ ਉਹ ਦੁੱਧ ਫੇਰ ਵੀ ਵੈਸੇ 6 ਕਿਲੋ ਇਹ ਦੇ ਰਹੀ ਐ ਠੰਡੀ ਸ਼ੀਲਾ ਪੂਛ ਚੱਕ ਲਈ ਨੇ ਠੀਕ ਹੈ ਕੋਈ ਮਸਲਾ ਨਹੀਂ ਹੈ ਓਕੇ ਛੱਡੀ ਹੱਥ ਭਾਈ ਛੱਡੀ ਸੋ ਦੱਸੋ ਹਵਾਨਾ ਦੇਖ ਲਓ ਇੰਦਾਂ ਦਾ ਰੋਕੇ ਦੇ ਹਵਾਨੇ ਦਾ ਏ ਝੋਟੀ ਬਾਈ ਕਹਿੰਦਾ ਵੀ 1,20,000 ਦੀ ਮੈਂ ਸੱਜਰ ਵਾਪਸ ਲੈ ਲੂੰ ਖੈਰ ਉਹ ਗੱਲ ਨੂੰ ਸਾਈਡ ਤੇ ਹੀ ਰੱਖੋ ਤੁਸੀਂ ਮੈਂ ਇਹਨੂੰ ਟੋਕੜ ਗੱਬਣ ਕਰਕੇ ਖਰੀਦਣ ਲੱਗੇ ਹਾਂ ਇੱਕ ਮਹੀਨੇ ਨੂੰ ਜੇ 22 ਚਾਂਸੇ ਖਾਲੀ ਨਿਕਲਦੀ ਹੈ ਚੈੱਕ ਕਰਨ ਤੋਂ ਬਾਅਦ ਤਾਂ 1 ਮਹੀਨੇ ਤੱਕ ਦਾ ਤੁਹਾਡੇ ਕੋਲ ਟਾਈਮ ਹੈ ਉਦੋਂ ਅੱਗੇ ਤੁਹਾਡੀ ਕਿਸਮਤ ਹੈ ਤੁਸੀਂ 1 ਮਹੀਨੇ ਤੱਕ ਇਹਨੂੰ ਚੈੱਕ ਕਰਾ ਲਓ 1 ਮਹੀਨਾ ਤੇ 26 ਦਿਨਾਂ ਦੀ ਅੱਜ ਹੈ ਤੇ ਮਹੀਨੇ ਨੂੰ ਇਹ ਤੇ ਲਗਭਗ 3 ਮਹੀਨੇ ਦੀ ਗੱਬਣ ਹੋ ਜੂ ਤੇ ਕਨਫਰਮ ਹੋ ਜਾਣੀ ਹੈ ਚੈੱਕ ਪਾਸ ਸੋ ਗੱਬਣ ਦੇ ਹਿਸਾਬ ਤੇ ਸੌਦਾ ਤੁਸੀਂ ਕਰਨਾ ਦੱਸੋ ਟੇਡੇ ਘੱਟ ਵਾਲੀ ਝੋਟੀ ਸੋਹਣੇ ਟਾਂਚੇ ਦੀ ਹੈ ਬਾਕੀ ਡੀਲ ਤੁਸੀਂ ਹੁਣ ਆ ਵੀਡੀਓ ਦੇ ਵਿੱਚ ਇਹ ਗੱਲਾਂ ਹੋਈਆਂ ਤੇ ਤੁਹਾਡੇ ਕੋਲ ਪਈਆਂ ਰਹਿਣੀਆਂ ਸਬੂਤ ਦੇ ਤੌਰ ਤੇ ਫਿਰ ਵੀ ਤੁਸੀਂ ਆਪਸ ਵਿੱਚ ਡੀਲ ਦੋਨੇ ਭਰਾਵਾਂ ਨੇ ਕਰਨੀ ਜਿਹਨੇ ਖਰੀਦਣੀ ਹੈ ਤੇ ਜਾਂਜੀ ਨੇ ਵੇਚਣੀ ਹੈ ਆ ਬਾਈ 2 ਨੰਬਰ ਤੇ ਮੱਝ ਕਿੰਨਾਂ ਮਸੂਆ ਇਹ ਵੀ ਦੂਜਾ ਸੂਆ ਬਾਈ ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਨੂੰ ਇਹਨੂੰ 26 ਦਿਨਾਂ ਕੋਈ ਸੂਈ ਨੂੰ ਬੱਚਾ ਤਾਂ ਮਰ ਗਿਆ ਠੀਕ ਹੈ ਤੇ ਥਾਪੀ ਤੇ ਮੱਝ ਉਹਨਾਂ ਦੇ ਘਰੋਂ ਚੋਖੇ ਲਿਆਇਆ ਠੀਕ ਹੈ ਕਿੰਨਾ ਦੁੱਧ ਹੈ 9 ਕਿਲੋ ਦੁੱਧ ਆ 9.5 ਕਿਲੋ ਦੁੱਧ ਥੱਲੇ ਦੇ ਬਾਈ ਦੋਨਾਂ ਟਾਈਮ ਦਾ ਦੱਸਿਆ ਹਾਂਜੀ ਠੀਕ ਹੈ ਇਹਦਾ ਰੇਟ ਕੀ ਕਰਦੇ ਹਾਂ ਇਹਦਾ 72000 ਕਰ ਦੇ ਤੋਰੀ ਬਾਈ ਸੋ ਦੋਸਤੋ 62 ਦਿਨਾਂ ਦੀ ਬਾਈ ਕਹਿੰਦਾ ਸੋਈ ਬੱਚਾ ਇਹਦਾ ਐਕਸਪਾਇਰ ਹੋਇਆ ਹੋਇਆ ਦੂਜਾ ਸੁਹਾ ਸੋਈ ਹੈ ਜੈਡ ਬਲੈਕ ਹੀ ਦਿਸਦੀ ਹੈ ਹਰਿਆਣੇ ਚੋਂ ਆਈ ਆਏ ਹੈ ਬਾਈ ਹਰਿਆਣੇ ਚੋਂ ਬਾਈ ਕਹਿੰਦਾ ਇਹ ਟੋਕੜ ਘੱਬਣਾਈ ਸੀ 9.5 ਕਿਲੋ ਦੁੱਧ ਹੈਗਾ ਪਰ ਇਹਦੇ ਨਾਲ ਇਹਦਾ ਬੱਚਾ ਨਹੀਂ ਹੈ ਬਾਈ ਕਹਿੰਦਾ ਵੀ ਮੈਂ ਥਾਪੀ ਤੇ ਮਾਰ ਕੇ ਚੋਕੇ ਲੈਂਦੀ ਐ ਬਾਕੀ ਸ਼ਾਮ ਨੂੰ ਮਿਲਕਾਂਗੇ ਕੁਲਦੀਪ ਬਾਈ ਦੇ ਘਰੇ ਹੋਊਗੀ ਇੱਥੋਂ ਆਈਡੀਆ ਹੋ ਜਾਊਗਾ ਵੀ ਮਾਝੇ ਬਿਨਾ ਬੱਚੇ ਤੋਂ ਦੂਜੇ ਘਰੇ ਆ ਕੇ ਕਿਵੇਂ ਮਿਲਦੀ ਐ ਤੁਸੀਂ ਇੱਥੇ ਚੋਕੇ ਦੇਖ ਲਓ ਜੇ ਜਿਹਨੂੰ ਪਸੰਦ ਆਵੇ ਤਾਂ 72000 ਇਹਦਾ ਰੇਟ ਹੈ ਦੁੱਧ ਦੇ ਥੱਲੇ ਬਾਈ ਕਹਿੰਦਾ ਵੀ 9 ਕਿਲੋ ਤੋਂ ਬਾਹਰ 9.5 ਕਿਲੋ ਆਂਗੂ ਦੁੱਧ ਹੈ ਕਲਦੀਪ ਕਢਾ ਕੇ ਡੈਕ ਹੋਰ ਬਾਈ ਆ ਗਾਂ ਡਰਦੀ ਹੈ ਗਾਂ ਡਰਦੀ ਹੈ ਬਿਲਕੁਲ ਸੋ ਸੋ ਗਾਂ ਬਾਈ ਦੀ ਵੈਸੇ ਵਿਕੀ ਹੋਈ ਆ ਤੇ ਇਹ ਥੋੜਾ ਡਰਦੀ ਹੈ ਸੋ ਇਤਾਂ ਦਾ ਇਹਦਾ ਹਵਾਨਾ ਦੱਸੋ ਦੱਸਦਾ 9.5 ਦੀ ਚੋਈ ਆ ਤੇ ਮੈਂ ਵੀਡੀਓ ਵੀ ਦੁਪਹਿਰੇ ਬਣਾ ਰਿਹਾ ਸਾਢੇ 1:3 ਦਾ ਟਾਈਮ ਆ ਮੇਰਾ ਇਸ ਟਾਈਮ ਵੀਡੀਓ ਬਣਾਉਣ ਦਾ ਸੋ ਇਹ ਮੱਝ ਦੋਸਤੋ ਤੇ ਇਹ ਤੋਂ ਬਿਨਾ ਇੱਕ ਇਧਰ ਨੀਲੀ ਰਾਵੀ ਝੋਟੀ ਇਹ ਜਿਹੜੀ ਝੋਟੀ ਉਹ ਟੋਕੜ ਕੱਬਣ ਹੈ ਤੇ ਮੱਝ ਜਿਹੜੀ ਆ ਦੱਸੋ ਉਹ ਛੱਬੀਆਂ ਦਿਨਾਂ ਦੀ ਸੋਈ ਅੱਜ ਹੋ ਗਈ ਤੇ 9 ਕਿਲੋ ਤੋਂ ਬਾਹਰ 9.5 ਕਿਲੋ ਵਾਂਗੂੰ ਦੁੱਧ ਐਸ ਟਾਈਮ ਹੈਗਾ ਸੋ ਤੁਹਾਨੂੰ ਜਿਹੜਾ ਨਗ ਜੱਜ ਗਿਆ ਕਰ ਲਿਓ ਜੇ ਤਸੱਲੀ ਆ ਕੇ ਨੰਬਰ ਸਕਰੀਨ ਉੱਤੇ ਚੱਲਦਾ ਬਾਕੀ ਤੁਸੀਂ ਪਸ਼ੂ ਦੇਖਣਾ ਬਹੁਤ ਮਿਹਰਬਾਨੀ ਇਸ ਵੀਡੀਓ ਨੂੰ ਦੇਖਣ ਲਈ